बिल्कुल जी बिल्कुल। हाँ जी, सरपंच साहब ने सारी रिपोर्ट देने सरपंच साहब सारी जी, तो जो भी वे वध परिवार की मदद सरकार वालों और पंचायत वालों की जाएगी। हम तक एक छोटी जी कूई है पुरानी, तो वो साढ़े पिंड का मुंडा जिहड़ा कि किसी होर बाहरले बंदे की भेड़ गिर गई, वह भेड़ कढ़न का मारा उस बढ़ गया, तो अस कूई च गैस थी, गैस होने करके उसकी उत्थे डैथ हो गई। ये कुदरत का कहर है, बरसात कई दिन तो हो रही है कि साडा तकरीबन अद्धा पिंड है जो पानी के बच्चे डुबिया हुआ था। तो असी धन्नवाद करते हैं मैडम अमोल गर्ग मान जी का, तो असी जिहड़े उन्होंने नंबर करे थे, नंबर पर फोन किया, तो सानू उन्हों का फोन आया SDM साहब का भी जिस तरह में चाहे सड़क तोड़ो जो मतलब पिंड का नुकसान ना हो। घर उदा ही है, मैं कहूँ जरा घर दिखाए वो हालत, ये बहुत ही गरीब परिवार है जिसे दो बच्चे है, तो इन्हों का हीला वसीला असं कहूँगे भी साड़ी मैडम अनमोल गर्ग मान जी को बेनती करूँगे भी इन्हों के हालात देख के इस फैमिली से ਵੱਧ ਤੋਂ ਵੱਧ ਜੋ ਹੈ ਰਾਹਤ ਇਹਨਾਂ ਨੂੰ ਦਿੱਤੀ ਜਾਵੇ। ਕਰੀਏ ਸਿਰਫ ਦੋ ਕਮਰੇ ਨੇ ਲੱਗਦਾ, ਮੈਂ ਘਰ ਦੀ ਛੱਤਾਂ ਵੀ ਬਹੁਤ ਕਮਜ਼ੋਰ ਨੇ ਲੱਗਦਾ, ਕਿਸੇ ਵੀ ਟਾਈਮ ਗਿਰ ਸਕਦੀਆਂ ਨੇ, ਹਾਲਾਤ ਗਰੀਬ ਪਰਿਵਾਰ ਹੈ ਕਿਤੇ ਨਾ ਕਿਤੇ ਇਹ ਪਰਿਵਾਰ। ਹਾਂਜੀ ਹਾਂਜੀ, ਇਹਨਾਂ ਦੀ ਬਹੁਤ ਬੁਰੀ ਹਾਲਤ ਹੈ, ਉਹੀ ਇੱਕ ਮੁੰਡਾ ਦਾ ਜਿਹੜਾ ਘਰ ਦੀ ਦਿਹਾੜੀ ਜੋਤਾ ਕਰਕੇ ਆਪਣੇ ਬੱਚਿਆਂ ਦਾ ਜੋ ਪਰਵਰਿਸ਼ ਕਰ ਰਿਹਾ ਤਾ, ਅਤੇ ਹੁਣ ਉਹ ਚਲਾ ਗਿਆ, ਅਤੇ ਇਹਦਾ ਹੁਣ ਸਾਨੂੰ ਜਿਹੜਾ ਸਾਡੀ ਪੰਚਾਇਤ ਦਾ ਅਤੇ ਸਾਡੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਦੇਖਭਾਲ ਕਰੀਏ। ਕੱਲ੍ਹ ਦੀ ਦੇਖੋ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਮਦਭਾਗੀ ਘਟਨਾ ਹੈ, ਅਤੇ ਸਾਡੇ ਕੈਬਨਿਟ ਮੰਤਰੀ ਅਨਮੋਲ ਜੀ ਦਾ ਕਲੀਅਰ ਕੱਟ ਹੁਕਮ ਹੈ ਸਾਰੇ ਵਲੰਟੀਅਰਾਂ ਨੂੰ, ਅਹੁਦੇਦਾਰਾਂ ਨੂੰ, ਕਿ ਕਿਸੇ ਨੇ ਆਪਣੇ ਘਰ ਨਹੀਂ ਬੈਠਣਾ ਹੈਗਾ, ਅਤੇ ਪਬਲਿਕ 'ਚ ਰਹਿਣਾ ਉੱਥੇ, ਅਤੇ ਜੋ ਵੀ ਸਮੱਸਿਆ ਆਉਂਦੀ ਉਹਦਾ ਫੌਰਨ ਤੌਰ 'ਤੇ ਹੱਲ ਕਰਨਾ ਉਹਦਾ, ਅਤੇ ਅਸੀਂ ਹੁਣ ਉਹਦੇ ਲਈ ਹੀ ਸਰਪੰਚ ਸਾਹਿਬ ਦਾ ਫੋਨ ਆਇਆ, ਮੈਡਮ ਜੀ ਨੇ ਸਾਨੂੰ ਵਿਸ਼ੇਸ਼ ਤੌਰ 'ਤੇ ਇੱਥੇ ਭੇਜਿਆ, ਅਤੇ ਉਸ ਪਰਿਵਾਰ ਦਾ ਦੇ ਨਾਲ ਦੁੱਖ ਸਾਂਝਾ ਕਰਨ ਮੈਡਮ ਅਨਮੋਲ ਗਗਨਮਾਨ ਦੀ ਟੀਮ ਅਤੇ ਪਿੰਡ ਦੇ ਸਰਪੰਚ ਸਾਹਿਬ ਹੋਰ ਮੋਹਤਵਾ ਸੱਜਣ ਇੱਥੇ ਪਹੁੰਚੇ ਨੇ, ਦੇਖ ਸਕਦੇ ਹੋ ਇਹ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ, ਪੂਰਾ ਪਰਿਵਾਰ ਇੱਥੇ ਮੌਜੂਦ ਹੈ। ਪਿੰਡ ਮਾਜਰੀ ਦੇ ਵਿੱਚ ਪਹੁੰਚੇ, ਪਿੰਡ ਮਾਜਰੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਥੋਂ ਦੇ ਜੋ ਕਿ ਹਲਕਾ ਇੰਚਾਰਜ ਮੈਡਮ ਅਨਮੋਲ ਗਗਨਮਾਨ ਵੱਲੋਂ ਇੱਕ ਵਿਸ਼ੇਸ਼ ਟੀਮ ਇੱਥੇ ਭੇਜੀ ਗਈ ਹੈ, ਕਿਉਂਕਿ ਪੂਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਪੂਰਾ ਮਾਮਲਾ ਕੀ ਹੈ, ਕਿਉਂਕਿ ਟੀਮ ਵੀ ਸਾਡੇ ਨਾਲ ਮੌਜੂਦ ਨੇ, ਪਿੰਡ ਦੇ ਸਰਪੰਚ ਸਾਹਿਬ ਵੀ ਰਾਣਾ ਜੀ ਵੀ ਸਾਡੇ ਨਾਲ ਮੌਜੂਦ ਨੇ ਅਤੇ ਗੱਲਬਾਤ ਕਰਦੇ ਹਾਂ। ਰਾਣਾ ਜੀ, ਕੀ ਮਸਲਾ ਇਸ ਘਰ ਦੇ ਵਿੱਚ ਅੱਜ ਪਹੁੰਚਣ ਦਾ? ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਇਹ ਕੁਦਰਤ ਦਾ ਕਹਿਰ ਹੈ, ਬਰਸਾਤ ਕਈ ਦਿਨਾਂ ਤੋਂ ਹੋ ਰਹੀ ਹੈ ਕਿ ਸਾਡਾ ਤਕਰੀਬਨ ਅੱਧਾ ਪਿੰਡ ਹੈ ਜੋ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਾ, ਅਤੇ ਅਸੀਂ ਧੰਨਵਾਦ ਕਰਦੇ ਹਾਂ ਮੈਡਮ ਅਮੋਲ ਗਰਗ ਮਾਨ ਜੀ ਦਾ, ਅਤੇ ਅਸੀਂ ਜਿਹੜੇ ਉਹਨਾਂ ਨੇ ਨੰਬਰ ਕਰੇ ਤੇ ਅਸੀਂ ਨੰਬਰ 'ਤੇ ਫੋਨ ਕੀਤਾ, ਅਤੇ ਸਾਨੂੰ ਉਹਨਾਂ ਦਾ ਫੋਨ ਆਇਆ SDM ਸਾਹਿਬ ਦਾ ਵੀ ਜਿਸ ਤਰ੍ਹਾਂ ਵਿੱਚ ਚਾਹੇ ਸੜਕ ਤੋੜੋ ਜੋ ਮਤਲਬ ਪਿੰਡ ਦਾ ਨੁਕਸਾਨ ਨਾ ਹੋਵੇ, ਅਤੇ ਅਸੀਂ ਉਹ ਜਿਹੜਾ ਪੰਚਾਇਤ ਨੇ ਕਾਰਵਾਈ ਕਰਨੀ ਤੀ, ਸੜਕ ਤੋੜੀ, ਪੁਲੀਆਂ ਤੋੜੀਆਂ ਅਤੇ ਪਾਣੀ ਕੱਢਿਆ, ਅਤੇ ਇੱਥੇ ਸਾਡੇ ਇੱਕ ਛੋਟੀ ਜਿਹੀ ਕੂਈ ਹੈ ਪੁਰਾਣੀ, ਅਤੇ ਉਹਦੇ ਵਿੱਚ ਸਾਡੇ ਪਿੰਡ ਦਾ ਮੁੰਡਾ ਜਿਹੜਾ ਕਿ ਕਿਸੇ ਹੋਰ ਬਾਹਰਲੇ ਬੰਦੇ ਦੀ ਭੇਡ ਗਿਰ ਗਈ, ਉਹ ਭੇਡ ਕੱਢਣ ਦਾ ਮਾਰਾ ਉਹਦੇ 'ਚ ਵੜ ਗਿਆ, ਤਾਂ ਕੂਈ 'ਚ ਗੈਸ ਤੀ, ਗੈਸ ਹੋਣੇ ਕਰਕੇ ਉਹਦੀ ਉੱਥੇ ਡੈਥ ਹੋ ਗਈ। ਇਸ ਪਿੰਡ ਦਾ ਹੀ ਮੁੰਡਾ? ਐਸੀ ਪਿੰਡ ਜਿੱਥੇ ਅਸੀਂ ਘੜੇ, ਘਰ ਉਹਨਾਂ ਦਾ ਹੀ ਹੈ, ਮੈਂ ਕਹੂੰ ਜਿਹੜਾ ਘਰ ਦਿਖਾਇਆ ਉਹਦੀ ਹਾਲਤ, ਇਹ ਬਹੁਤ ਹੀ ਗਰੀਬ ਪਰਿਵਾਰ ਹੈ ਜਿਹਦੇ ਦੋ ਬੱਚੇ ਹੈ, ਅਤੇ ਇਹਨਾਂ ਦਾ ਹੀਲਾ ਵਸੀਲਾ ਅਸੀਂ ਕਹੂੰਗੇ ਵੀ ਸਾਡੀ ਮੈਡਮ ਅਨਮੋਲ ਗਰਗ ਮਾਨ ਜੀ ਨੂੰ ਬੇਨਤੀ ਕਰੂੰਗੇ ਵੀ ਇਹਨਾਂ ਦੇ ਹਾਲਾਤ ਦੇਖ ਕੇ ਇਸ ਫੈਮਿਲੀ 'ਤੇ ਵੱਧ ਤੋਂ ਵੱਧ ਜੋ ਹੈ ਰਾਹਤ ਇਹਨਾਂ ਨੂੰ ਦਿੱਤੀ ਜਾਵੇ, ਅਤੇ ਜਿਹੜੇ ਹੋਰ ਸਾਡੇ ਪਿੰਡ ਦੇ ਨੁਕਸਾਨ ਹੋਇਆ ਹੈ, ਲੋਕਾਂ ਜਿਹੜੇ ਕਣਕ ਦੀ ਲਈ ਵੀ ਦੀ ਮੁੱਲ ਡਿਪੂ ਤੋਂ ਲਈ ਵੀ ਦੀ ਉਹ ਵੀ ਘਰ ਪਈ ਜੰਮਿਆ ਜੀ, ਤਾਂ ਮੈਂ ਬੇਨਤੀ ਕਰੂੰਗਾ, ਇੱਕਦਮ ਇਹ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਵੀ ਜਿਹੜੀ ਡਿਪੂ 'ਚ ਕਣਕ ਆਉਂਦੀ ਹੈ ਉਹ ਸਾਡੇ ਪਿੰਡ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਲੋਕਾਂ ਨੂੰ ਬਹੁਤ ਜਲਦ ਤੋਂ ਜਲਦ ਕਣਕ ਅਪਲਾਈ ਕਰਾਈ ਦੇਈ ਜਾਵੇ। ਜੇ ਆਪਾਂ ਜੇ ਗੱਲ ਕਰੀਏ ਸਿਰਫ ਦੋ ਕਮਰੇ ਨੇ ਲੱਗਦਾ, ਮੈਂ ਘਰ ਦੀ ਛੱਤਾਂ ਵੀ ਬਹੁਤ ਕਮਜ਼ੋਰ ਨੇ ਲੱਗਦਾ, ਕਿਸੇ ਵੀ ਟਾਈਮ ਗਿਰ ਸਕਦੀਆਂ ਨੇ, ਹਾਲਾਤ ਗਰੀਬ ਪਰਿਵਾਰ ਹੈ ਕਿਤੇ ਨਾ ਕਿਤੇ ਇਹ ਪਰਿਵਾਰ। ਹਾਂਜੀ ਹਾਂਜੀ, ਇਹਨਾਂ ਦੀ ਬਹੁਤ ਬੁਰੀ ਹਾਲਤ ਹੈ, ਉਹੀ ਇੱਕ ਮੁੰਡਾ ਦਾ ਜਿਹੜਾ ਘਰ ਦੀ ਦਿਹਾੜੀ ਜੋਤਾ ਕਰਕੇ ਆਪਣੇ ਬੱਚਿਆਂ ਦਾ ਜੋ ਪਰਵਰਿਸ਼ ਕਰ ਰਿਹਾ ਤਾ, ਅਤੇ ਹੁਣ ਉਹ ਚਲਾ ਗਿਆ, ਅਤੇ ਇਹਦਾ ਹੁਣ ਸਾਨੂੰ ਜਿਹੜਾ ਸਾਡੀ ਪੰਚਾਇਤ ਦਾ ਅਤੇ ਸਾਡੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਦੇਖਭਾਲ ਕਰੀਏ। ਕੱਲ੍ਹ ਦੀ ਘਟਨਾ ਆਪਣੇ ਪਿੰਡ ਦੀ ਜਿਹੜੀ ਗੱਲ, ਪਰਸੋਂ ਦੀ? ਹਾਂਜੀ, ਇਹ ਪਰਸੋਂ ਦੀ ਘਟਨਾ ਹੈ। ਅਤੇ ਤੁਸੀਂ ਫਿਰ ਸਿੱਧਾ ਮੈਡਮ ਨਾਲ ਸੰਪਰਕ ਕਰਦੇ ਇਸ ਸੰਬੰਧੀ? ਬਿਲਕੁਲ ਜੀ, ਅਸੀਂ ਮੈਡਮ ਨਾਲ ਵੀ ਗੱਲ ਹੋਈ ਹੈ, ਅਤੇ ਆਪਣੀ ਇਹ ਟੀਮ ਮੈਡਮ ਜੀ ਨੇ ਕਰਕੇ ਇਹ ਸਾਡੇ ਚੇਅਰਮੈਨ ਸਾਹਿਬ ਕੁਰਾਲੀ ਤੋਂ ਪਹੁੰਚੇ ਹੈ, ਅਤੇ ਉਹ ਸਾਰੀ ਟੀਮ ਇੱਥੇ ਪਹੁੰਚੀ ਹੈ, ਸ਼ੁਭਮ ਜੀ ਆਏ ਹੈ, ਅਤੇ ਉਹਨਾਂ ਨੇ ਇਹ ਟੀਮ ਸਪੈਸ਼ਲ ਤੌਰ 'ਤੇ ਇੱਥੇ ਭੇਜੀ ਹੈ, ਅਸੀਂ ਰਲ ਕੇ ਸਾਰਾ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਹ ਦਿਖਾ ਰਹੇ ਹਾਂ ਉਹਦੇ ਹੁਕਮਾਂ ਦੇ ਮੁਤਾਬਕ। ਤੋ ਚੇਅਰਮੈਨ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਵੀ ਕੀ ਹਦਾਇਤਾਂ ਹੋਣਗੀਆਂ ਜਿਹੜੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ, ਕੀ ਹਦਾਇਤਾਂ ਨੇ ਸਰ ਜਿਹੜੀਆਂ ਲੈ ਕੇ ਅੱਜ ਪਿੰਡਾਂ ਦੇ ਵਿੱਚ ਪਹੁੰਚੀਆਂ ਪਿੰਡ ਦੇ ਮਾਜਰੀ ਦੇ ਵਿੱਚ? ਦੇਖੋ, ਜਿਹੜੀ ਇਹ ਘਟਨਾ ਹੋਈ ਹੈ ਬਹੁਤ ਮਦਭਾਗੀ ਘਟਨਾ ਹੈ, ਅਤੇ ਸਾਡੇ ਕੈਬਨਿਟ ਮੰਤਰੀ ਅਨਮੋਲ ਜੀ ਦਾ ਕਲੀਅਰ ਕੱਟ ਹੁਕਮ ਹੈ ਸਾਰੇ ਵਲੰਟੀਅਰਾਂ ਨੂੰ, ਅਹੁਦੇਦਾਰਾਂ ਨੂੰ, ਕਿ ਕਿਸੇ ਨੇ ਆਪਣੇ ਘਰ ਨਹੀਂ ਬੈਠਣਾ ਹੈਗਾ, ਅਤੇ ਪਬਲਿਕ 'ਚ ਰਹਿਣਾ ਉੱਥੇ, ਅਤੇ ਜੋ ਵੀ ਸਮੱਸਿਆ ਆਉਂਦੀ ਉਹਦਾ ਫੌਰਨ ਤੌਰ 'ਤੇ ਹੱਲ ਕਰਨਾ ਉਹਦਾ, ਅਤੇ ਅਸੀਂ ਹੁਣ ਉਹਦੇ ਲਈ ਹੀ ਸਰਪੰਚ ਸਾਹਿਬ ਦਾ ਫੋਨ ਆਇਆ, ਮੈਡਮ ਜੀ ਨੇ ਸਾਨੂੰ ਵਿਸ਼ੇਸ਼ ਤੌਰ 'ਤੇ ਇੱਥੇ ਭੇਜਿਆ, ਤਾਂ ਅਸੀਂ ਉਹ ਮੁਆਇਨਾ ਕਰਨ ਵਾਸਤੇ ਆਏ ਹਾਂ, ਦੇਖਣ ਵਾਸਤੇ ਆਏ ਹਾਂ ਵੀ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ, ਜੋ ਵੀ ਨੁਕਸਾਨ ਹੋਇਆ ਉਹ ਸਾਰਾ ਅਸੀਂ ਉੱਪਰ ਦੱਸਾਂਗੇ ਉੱਪਰ, ਅਤੇ ਜੋ ਵੀ ਵੱਧ ਤੋਂ ਵੱਧ ਜੋ ਸਹਿਯੋਗ ਹੋਇਆ ਉਹ ਕੀਤਾ ਜਾਏਗਾ।
ਤੇ ਹੁਣ ਪੂਰੀ ਗੱਲਬਾਤ ਕੀਤੀ ਜਾਊਗੀ ਪਰਿਵਾਰ ਦੇ ਨਾਲ ਇੱਥੇ। ਹਾਂ ਬਿਲਕੁਲ ਜੀ ਬਿਲਕੁਲ, ਹਾਂਜੀ ਉਹ ਸਰਪੰਚ ਸਾਹਿਬ ਨੇ ਸਾਰੀ ਰਿਪੋਰਟ ਦੇਣਗੇ ਸਰਪੰਚ ਸਾਰੀ ਜੀ, ਅਤੇ ਜੋ ਵੀ ਉਹਦੇ ਵਿੱਚ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਸਰਕਾਰ ਵੱਲੋਂ ਔਰ ਪੰਚਾਇਤ ਵੱਲੋਂ ਕੀਤੀ ਜਾਏਗੀ। ਅਤੇ ਹੁਣ ਤੱਕ ਕਿੰਨੇ ਪਿੰਡ ਕਵਰ ਕਰ ਚੁੱਕੇ ਹੋ, ਅਤੇ ਇਹ ਅੱਜ ਤੋਂ ਟੀਮ ਸਟਾਰਟ ਹੋਈ ਹੈ ਕਿ ਕੱਲ੍ਹ ਤੋਂ ਹੀ ਵਰਕ ਸ਼ੁਰੂ ਹੋ ਗਿਆ ਸੀਗਾ? ਦੇਖੋ ਲਗਾਤਾਰ ਅਸੀਂ ਜੱਦੀ ਬਾਰਿਸ਼ ਹੋ ਰਹੀ ਹੈ, ਅਸੀਂ ਲਗਾਤਾਰ ਫੀਲਡ ਵਿੱਚ ਹੀ ਹਾਂ ਜੀ, ਅਸੀਂ ਗਰਾਊਂਡ ਜ਼ੀਰੋ 'ਤੇ ਸਾਡੀ ਟੀਮ ਵਰਕ ਕਰ ਰਹੀ ਹੈ, ਅਤੇ ਅਸੀਂ ਪਹਿਲਾਂ ਤਾਂ ਕੁਰਾਲੇ 'ਚੋਂ ਬਾਹਰ ਨਹੀਂ ਨਿਕਲ ਸਕੇ ਆਪਾਂ, ਕੁਰਾਲੇ ਵਿੱਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਜੀ। ਕੋਈ ਐਸੇ ਬਹੁਤ ਘਰ ਸੀ ਜਿਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਨੀ ਬੜੀ ਔਖੀ ਸੀ ਜੀ, ਫਿਰ ਅਸੀਂ ਆਪਣੇ ਵਲੰਟੀਅਰ ਸਹਿਯੋਗ ਦੀ ਗੱਲ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਅਸੀਂ ਮਿਲ ਕੇ ਅਸੀਂ ਨੇ ਜੀ, ਅਤੇ ਟਰੈਕਟਰਾਂ ਗੱਲ ਜੀਪਾਂ ਦੀ ਗੱਲ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਤੱਕ ਪਹੁੰਚਣ ਦੀ, ਅਸੀਂ ਉਹਨਾਂ ਤੱਕ ਲੰਗਰ ਪਹੁੰਚਾਇਆ, ਅਤੇ ਹੋਰ ਵੀ ਕਾਫੀ ਜਗ੍ਹਾ 'ਤੇ ਸਾਨੂੰ ਵੀ ਜਿਵੇਂ ਕਿਤੇ ਸੜਕ ਤੋੜਨੀ ਪਈ, ਕਿਤੇ ਪੁਲੀਆਂ ਤੋੜਨੀ ਪਈ, ਪਾਣੀ ਦਾ ਨਿਕਾਸ ਸੀ ਉੱਥੇ, ਉਹ ਪਾਣੀ ਉੱਥੋਂ ਕੱਢੀਏ ਕਿ ਲੋਕ ਉਹਦੇ ਵਿੱਚ ਉਸ ਪੇਟ 'ਚ ਨਾ ਆਉਣ, ਅਤੇ ਉਹ ਤੋਂ ਲਗਾਤਾਰ ਲੱਗੇ ਹੋਏ ਹਾਂ, ਅਤੇ ਇਹ ਤੀਜਾ ਚੌਥਾ ਪਿੰਡ ਹੈ ਹਲੇ ਜੀ, ਲਗਾਤਾਰ ਬਹੁਤ ਨੁਕਸਾਨ ਹੋਇਆ ਜੀ, ਅਤੇ ਹਾਲਾਤ ਇੱਦਾਂ ਦੇ ਜ਼ਿੰਦਗੀ 'ਚ ਦੇਖੇ ਨਹੀਂ ਕਦੀ। ਅਤੇ ਜਿਹੜੇ ਮਤਲਬ ਕਿ ਮੁਆਵਜ਼ੇ ਦੀ ਗੱਲ ਹੈ, ਮੁਆਵਜ਼ਾ ਕਿੰਨੇ ਦਿਨਾਂ 'ਚ ਪਰਿਵਾਰ ਨੂੰ, ਚਾਹੇ ਇਸ ਪਰਿਵਾਰ ਦੀ ਗੱਲ ਚਾਹੇ ਹੋਰ ਪਰਿਵਾਰਾਂ ਦੀ ਗੱਲ, ਕਿੰਨੇ ਕੁ ਦਿਨਾਂ 'ਚ? ਦੇਖੋ ਹਲੇ ਤਾਂ ਦੇਖੋ ਸਟਾਰਟਿੰਗ ਹੈਗੀ ਹਲੇ ਜੀ, ਹੈ ਨਾ, ਉਹ ਜਿੰਨੀ ਵੀ ਜਲਦੀ ਹੋ ਸਕੇਗਾ ਉਹ ਪਰਿਵਾਰ ਨੂੰ ਦੱਸਿਆ ਜਾਏਗਾ, ਅਤੇ ਤੁਹਾਨੂੰ ਵੀ ਉਹਦੇ ਰੂਬਰੂ ਸਭ ਕੁਝ ਦੱਸਿਆ ਜਾਏਗਾ ਉਹਦੇ ਬਾਰੇ। ਸਰਪੰਚ ਸਾਹਿਬ ਪਰਿਵਾਰ ਨਾਲ ਗੱਲਬਾਤ ਕੀਤੀ ਇਸ ਸੰਬੰਧੀ ਵੀ ਟੀਮ ਆਈ ਆ ਜਿੱਥੇ? ਹਾਂਜੀ ਹਾਂਜੀ, ਨਹੀਂ ਟੀਮ ਬਾਰੇ ਗੱਲ ਹੀ ਕਰੀ, ਅਸੀਂ ਇਹਨੂੰ ਭਰੋਸਾ ਦਵਾਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਦਿਨ ਰਾਤ ਇੱਥੇ ਘੁੰਮ ਰਹੇ ਹੈ, ਅਤੇ ਕੱਲ੍ਹ ਸੰਸਕਾਰ 'ਤੇ ਵੀ ਨਵਨੀਤ ਗੋਲਟੀ ਜੀ ਇੱਥੇ ਆਮ ਆਦਮੀ ਪਾਰਟੀ ਤੋਂ ਆਏ ਅਤੇ ਸੰਸਕਾਰ 'ਤੇ ਪਹੁੰਚੇ ਹੋਏ ਸੀ ਉਹ, ਅਤੇ ਇਸੇ ਤਰ੍ਹਾਂ ਹੋਰ ਕਾਫੀ ਲੀਡਰ ਸਾਹਿਬਾਨ ਵੀ ਆਏ ਹੈ, ਅਤੇ ਪਰਿਵਾਰ ਨੂੰ ਅਸੀਂ ਭਰੋਸਾ ਦਵਾਇਆ ਆਪਣੇ ਵੱਲੋਂ ਵੀ ਜਿਹੜੀ ਹੈ ਤੁਹਾਡੇ ਵੱਧ ਤੋਂ ਵੱਧ ਮਦਦ ਕਰੀ ਜਾਊਗੀ। ਦੇਖ ਸਕਦੇ ਹੋ ਪਿੰਡ ਮਾਜਰੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਰਸੋਂ ਇੱਕ ਖੂਹੀ ਦੇ ਵਿੱਚ ਇੱਕ ਭੇਡ ਗਿਰ ਜਾਂਦੀ ਹੈ, ਅਤੇ ਇੱਕ ਨੌਜਵਾਨ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਹਾਂ, ਇਹ ਨੌਜਵਾਨ ਖੂਹੀ ਦੇ ਵਿੱਚ ਉਸ ਭੇਡ ਨੂੰ ਕੱਢਣ ਜਾਂਦਾ, ਕਿਤੇ ਨਾ ਕਿਤੇ ਉਸ ਖੂਹੀ ਦੇ ਵਿੱਚ ਗੈਸ ਹੋਣ ਕਰਕੇ, ਕਿਉਂਕਿ ਕਈ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਨੇ ਸਾਡੀ ਬੋਡੀ ਨੂੰ ਹਾਰਮ ਕਰਦੀਆਂ ਨੇ, ਹਾਰਮਫੁੱਲ ਹੁੰਦੀਆਂ, ਅਤੇ ਉਸ ਨੂੰ ਲੈ ਕੇ ਉਹ ਗੈਸ ਉਸਦੀ ਬੋਡੀ ਦੇ ਅੰਦਰ ਚਲੀ ਜਾਂਦੀ ਹੈ, ਅਤੇ ਉਸ ਦੀ ਮੌਤ ਹੋ ਜਾਂਦੀ ਹੈ, ਅਤੇ ਉਸ ਪਰਿਵਾਰ ਦਾ ਦੇ ਨਾਲ ਦੁੱਖ ਸਾਂਝਾ ਕਰਨ ਮੈਡਮ ਅਨਮੋਲ ਗਗਨਮਾਨ ਦੀ ਟੀਮ ਅਤੇ ਪਿੰਡ ਦੇ ਸਰਪੰਚ ਸਾਹਿਬ ਹੋਰ ਮੋਹਤਵਾਰ ਸੱਜਣ ਇੱਥੇ ਪਹੁੰਚੇ ਨੇ। ਦੇਖ ਸਕਦੇ ਹੋ ਇਹ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ, ਪੂਰਾ ਪਰਿਵਾਰ ਇੱਥੇ ਮੌਜੂਦ ਹੈ। ਸੋ ਇਹਨਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਵੀ ਜਿਹੜੇ ਵੀ ਇਲਾਕੇ ਦੇ ਵਿੱਚ ਜਾ ਰਹੇ ਵੀ ਸਾਡਾ ਸਹਿਯੋਗ ਕੀਤਾ ਜਾਵੇ, ਕਿਉਂਕਿ ਜਿੱਥੇ ਵੀ ਅਣਸੁਖਾਵੀ ਘਟਨਾਵਾਂ ਜਿਹੜੀ ਕੁਦਰਤੀ ਆਫਤਾਂ ਦੇ ਨਾਲ ਵਾਪਰੀਆਂ ਨੇ, ਜੋ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ। ਧੰਨਵਾਦ ਜੀ। ਮੈਡਮ ਅਨਮੋਲ ਗਗਨਮਾਲ ਵੱਲੋਂ ਜਿਹੜੀ ਪਿੰਡ ਦੇ ਵਿੱਚ ਪਿੰਡ ਮਾਜਰੀ ਦੇ ਵਿੱਚ ਟੀਮ ਭੇਜੀ ਗਈ ਸੀ, ਇਹਦੇ ਪਿੰਡ ਦੇ ਸਰਪੰਚ ਸਾਹਿਬ ਵੀ ਨਾਲ ਮੌਜੂਦ ਸੀਗੇ, ਪਿੰਡ ਦਾ ਵਿੱਚ ਜਾ ਕੇ ਜਿਹੜੇ ਜਿਨ੍ਹਾਂ ਦੇ ਘਰ ਗਿਰੇ ਨੇ ਜਾਂ ਜਿਨ੍ਹਾਂ ਦਾ ਘਰਾਂ ਦੇ ਵਿੱਚ ਸਮਾਨ ਖਰਾਬ ਹੋਇਆ, ਪਿੰਡ ਦੇ ਵਿੱਚ ਉਸ ਟੀਮ ਨੇ ਪੂਰਾ ਨੁਮਾਇਨਾ ਕੀਤਾ ਵੀ ਕਿਹਨਾਂ ਕਿਹਨਾਂ ਦੇ ਮਕਾਨ ਖਰਾਬ ਹੋਏ ਨੇ, ਪੂਰਾ ਨਾਮ ਪਰਿਵਾਰ ਦਾ ਨਾਮ ਸਾਰੀ ਡਿਟੇਲ ਵਿੱਚ ਲਿਖਿਆ ਗਿਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇਗੀ। ਅਤੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ, ਅਤੇ ਡਿਟੇਲ ਵਿੱਚ ਗੱਲ ਕਰਾਂਗੇ ਵੀ ਪੂਰੀ ਗੱਲ ਕੀ ਹੋਈ ਸੀ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਖੂਹੀ ਦੇ ਵਿੱਚੋਂ ਮੁੰਡਾ ਗਿਰ ਜਾਂਦਾ, ਇਹ ਪਰਸੋਂ ਦੀ ਘਟਨਾ, ਇਹ ਕਿੰਨੇ ਕੁ ਵਜੇ ਦੀ ਘਟਨਾ ਸੀ ਕੀ ਦੱਸਣਾ ਚਾਹੋਗੇ? ਇਹ ਪਰਸੋਂ ਤਕਰੀਬਨ ਕੋਈ 10-11 ਵਜੇ ਦੀ ਘਟਨਾ, ਇਹ ਕੋਈ ਬਾਹਰੋਂ ਭੇਡ ਫਿਰ ਰਹੀ ਸੀ ਅਤੇ ਉਹਦੇ ਵਿੱਚ ਗਿਰ ਗਈ ਉਹ, ਤਾਂ ਇਹਨੇ ਕਿ ਜੇ ਦੂਰ ਪਾਰੋਂ ਦੇਖ ਲਈ, ਇਹ ਕੋਈ ਡੂੰਘੀ ਜ਼ਿਆਦਾ ਹੈ ਨਹੀਂ ਉਹ, ਇਹ ਇਸੇ ਤਰ੍ਹਾਂ ਵਿੱਚ ਇਹਨੇ ਛਾਲ ਮਾਰੀ ਅਤੇ ਸੁੱਕੀ ਕੋਈ ਪਾਣੀ ਪੂਣੀ ਹੈ ਨਹੀਂ ਉਹ 'ਚ, ਅਤੇ ਛਾਲ ਮਾਰਨੇ ਕਰਕੇ ਵਿੱਚ ਉਹਦੇ ਗੈਸ ਸੀ, ਅਤੇ ਗੈਸ ਦੇ ਕਾਰਨ ਉਹ ਕਿਸੇ ਨੇ ਦੇਖਿਆ ਨਹੀਂ, ਅੱਧੇ ਪੌਣੇ ਘੰਟੇ ਲੋਕਾਂ ਨੇ ਦੇਖਿਆ, ਅਤੇ ਜਦੋਂ ਇੱਕ ਮੁੰਡਾ ਫਿਰ ਦੁਬਾਰਾ ਕੱਢਣ ਲੱਗਿਆ ਉਹਨੂੰ ਕਿ ਜ਼ਿਆਦਾ ਗਹਿਰੀ ਹੈ ਨਹੀਂ ਉਹ, ਤਾਂ ਉਹ ਜਾਂ ਅੱਧ ਗੱਭੇ ਗਿਆ ਤਾਂ ਉਹਨੂੰ ਲੱਗਿਆ ਵੀ ਗੈਸ ਹੈ, ਕਹਿੰਦਾ ਮੈਨੂੰ ਉੱਪਰ ਖਿੱਚ ਲਓ, ਉਹ ਮਤਲਬ ਉਹ ਬੰਦੇ ਦੀ ਵਿੱਚ ਡੈਥ ਹੋਣ ਲੱਗ ਜਾਂਦੀ ਜਦੋਂ ਬੰਦਾ ਵਿੱਚ ਜਾਂਦਾ, ਉਹਨੂੰ ਬੰਦੇ ਨੇ ਮਹਿਸੂਸ ਹੋਇਆ ਵੀ ਇਹ ਗਿਰਨੇ ਤੋਂ ਨਹੀਂ ਮਰਿਆ, ਗੈਸ ਤੋਂ ਮਰਿਆ, ਅਤੇ ਉਹਨੂੰ PGI ਵੀ ਲੈ ਗਏ ਤਾਂ ਉੱਥੇ ਉਹਨਾਂ ਨੇ ਮ੍ਰਿਤ ਘੋਸ਼ਿਤ ਕਰਤਾ ਉਹ। ਤੁਹਾਨੂੰ ਉਸ ਟਾਈਮ ਫੋਨ ਆ ਗਿਆ ਸੀ ਜਦੋਂ ਬੰਦਾ ਖੂਹੀ ਦੇ ਵਿੱਚ ਗਿਰ ਕੇ? ਹਾਂਜੀ ਹਾਂਜੀ, ਸਾਨੂੰ ਜਦੋਂ ਫੋਨ ਆਇਆ ਵੀ ਐਸਾ ਗੱਲ ਹੋ ਗਈ, ਅਤੇ ਅਸੀਂ ਮੌਕੇ 'ਤੇ ਪਹੁੰਚੇ ਉੱਥੇ, ਅਤੇ ਸਾਡੇ ਉਹ ਜਿਹੜੇ ਪੰਚਾਇਤ ਮੈਂਬਰ ਹੈ ਅਤੇ ਉਹਦਾ ਉਹ ਭਤੀਜਾ ਸੀ, ਅਤੇ ਉਹਨੇ ਨੱਠ ਭੱਜ ਕਰੀ ਮੈਨੂੰ ਦੱਸਿਆ ਉਹਨੇ ਵੀ ਇਹ ਘਟਨਾ ਹੋ ਗਈ, ਮੈਂ ਕਿਹਾ ਵੀ ਟਰਾਈ ਮਾਰੋ ਚਲੋ ਕਿਆ ਗੱਲ ਹੈ, ਵੀ ਉਸ ਤੋਂ ਬਾਅਦ ਬਹੁਤ ਹੀ ਗਰੀਬ ਫੈਮਿਲੀ ਹੈ ਇਹ, ਅਤੇ ਅਸੀਂ ਇਹਨੂੰ ਆਸ਼ਵਾਸਨ ਦਵਾਇਆ ਕਿ ਅਸੀਂ ਇਹ ਜਿਹੜੀ ਗੱਲ ਹੈ ਮੈਡਮ ਨਮੋਲੋ ਗਗਨਮਾਨ ਜੀ ਨਾਲ ਵੀ ਸਾਂਝੀ ਕੀਤੀ ਹੈ, ਅਤੇ ਉਹਨਾਂ ਦੇ ਬ੍ਰਦਰ ਸੰਸਕਾਰ 'ਤੇ ਆਏ ਤੇ ਨਵਨੀਤ ਗੋਲਟੀ ਜੀ, ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਫੈਮਿਲੀ ਦੀ ਪੂਰੀ ਮਦਦ ਕੀਤੀ ਹੈ। ਟੀਮ ਨੇ ਆਣ ਕੇ ਉਹਨਾਂ ਦਾ ਡਿਟੇਲ ਵਗੈਰਾ ਵੀ ਲਿਖੀ ਹੈ ਪੂਰੀ, ਮਤਲਬ ਕਿ ਅਸੀਂ ਘਰਾਂ ਦੇ ਵਿੱਚ ਤੁਹਾਡੇ ਨਾਲ ਵੀ ਗਏ ਸੀ, ਪੂਰੀ ਕਵਰੇਜ ਕੀਤੀ ਹੈ, ਮਤਲਬ ਕਿ ਕਈ ਘਰ ਵੀ ਗਿਰੇ ਨੇ, ਛੱਤਾਂ ਗਿਰੀਆਂ, ਜੇ ਆਪਾਂ ਜੇ ਗੱਲ ਕਰੀਏ ਘਰਾਂ ਦੇ ਵਿੱਚ ਪਾਣੀ ਬਣਨ ਦੇ ਨਾਲ ਪਿੱਛੇ ਜੇ ਇੱਕ ਧੀ ਦਾ ਸਮਾਨ ਵੀ ਲੱਗਦਾ ਇਕੱਠਾ ਕਰ ਰਹੇ ਸੀਗੇ, ਮਤਲਬ ਕਿ ਉਹ ਵੀ ਸਾਰਾ ਖਰਾਬ ਹੋ ਗਿਆ, ਬੈੱਡ ਵਗੈਰਾ, ਅਲਮਾਰੀਆਂ ਵਗੈਰਾ, ਮਤਲਬ ਕਿ ਬਹੁਤ ਨੁਕਸਾਨ ਹੋਇਆ ਕਈ ਘਰਾਂ ਦਾ ਪਿੰਡ ਦੇ ਵਿੱਚ। ਦੇਖੋ ਜੀ, ਸਾਡੇ ਤਕਰੀਬਨ ਅੱਧਾ ਪਿੰਡ ਹੈ ਜਿਹੜਾ ਉਹ
ਤੇ ਉੱਤੇ ਪਾਣੀ ਇਕੱਠਾ ਹੋਣ ਕਾਰਨ ਜਦਕਿ ਸੜਕ ਤੋਂ ਪਾਰ ਕੋਈ ਨਿਕਾਸੀ ਨਹੀਂ ਹੈ ਨਿਕਾਸੀ ਨਾ ਹੋਣੇ ਦੇ ਕਾਰਨ ਤਾਂ ਉੱਥੇ ਪਾਣੀ ਹਮੇਸ਼ਾ ਹੀ ਇਕੱਠਾ ਹੋ ਜਾਂਦਾ ਹੈ ਤਾਂ ਉੱਥੇ ਦੋ ਪੁਲੀਆਂ ਵੀ ਲੱਗੀਆਂ ਹੋਈਆਂ ਛੋਟੀ ਛੋਟੀਆਂ ਪੁਲੀਆਂ ਅਤੇ ਇੱਕ ਪੁਲੀ ਦਾ ਜਾਮੇ ਹੋਏ ਪਏ ਤੀ ਅਸੀਂ ਸਾਰੇ ਮੁੰਡੇ ਲਾ ਕੇ ਉਹ ਪੁਲੀ ਪਹਿਲਾਂ ਖੋਲ੍ਹੀ ਮੀਂਹ ਪੈਂਦੇ 'ਚ ਉਹ ਤੋਂ ਬਾਅਦ ਫਿਰ ਵੀ ਪਾਣੀ ਨਹੀਂ ਤਾਂ ਫਿਰ ਅਸੀਂ ਜੇ ਸੀ ਵੀ ਲਿਆ ਕੇ ਉਹ ਸੜਕ ਤੋੜਨੀ ਪਈ ਸਾਨੂੰ ਅਤੇ ਸੜਕ ਤੋੜਨ ਤੋਂ ਬਾਅਦ ਉਹ ਜਿਹੜਾ ਪਾਣੀ ਹੈ ਫਿਰ 2.5-3 ਘੰਟੇ ਬਾਅਦ ਜਿਹੜਾ ਹੈ ਉਹ ਘਟਿਆ ਅਤੇ ਹਾਲੇ ਵੀ ਜਾਣੀ ਕਿ ਰਿਸਕ ਹੈ ਲੇਕਿਨ ਇਹ ਜਿਹੜੇ ਥੱਲੇ ਘਰ ਹੈ ਜ਼ਿਆਦਾਤਰ ਉਹ ਲੋਕ ਹੈ ਜਿਹੜੇ ਕਿ ਦਿਹਾੜੀਆਂ ਜੁੱਤੀਆਂ ਕਰਨ ਵਾਲੇ ਹੈ ਤਾਂ ਉਹਨਾਂ ਦੀ ਜੋ ਕਣਕ ਤੀ ਉਹ ਵੀ ਭਿੱਜ ਗਈ ਕੱਪੜੇ ਭਿੱਜ ਗਏ ਕਿਸੇ ਨੇ ਫਰਿੱਜ ਲਿਆ ਵਾ ਤਾਂ ਕਿਸ਼ਤਾਂ ਪਾ ਟੀ ਵੀ ਤਾਂ ਉਹ ਸੜ ਸੁੱਟ ਗਏ ਉਹਨਾਂ ਦੇ ਅਸੀਂ ਦੇਖਿਆ ਗਰਾਊਂਡ ਲੈਵਲ 'ਤੇ ਜਾ ਕੇ ਤੁਹਾਡੇ ਨਾਲ ਗਏ ਸੀਗੇ ਜਿਹੜਾ ਲੰਗਰ ਦਾ ਮਤਲਬ ਕਿ ਖਾਣ ਪੀਣ ਦਾ ਜਿੰਨਾ ਵੀ ਹੈ ਪੰਚਾਇਤ ਵੱਲੋਂ ਹੀ ਉਹਨਾਂ ਦੇ ਘਰਾਂ ਤੱਕ ਮਤਲਬ ਕਿ ਮੁਹੱਈਆ ਕਰਵਾ ਰਹੇ ਹੋ ਤੁਸੀਂ ਮਤਲਬ ਕਿ ਬਹੁਤ ਵੱਡਾ ਕਦਮ ਹੈ ਮਤਲਬ ਕਿ ਜਿਹੜਾ ਤੁਹਾਡੀ ਪੰਚਾਇਤ ਵੱਲੋਂ ਐਡਾ ਵੱਡਾ ਕਦਮ ਚੁੱਕਿਆ ਗਿਆ ਉਹਨਾਂ ਦੀ ਦੇਖ ਰੇਖ ਪੂਰੀ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਜਿਹੜੇ ਸਾਡੇ ਨਗਨ ਵਾਸੀ ਸਾਡੇ ਸਾਰੇ ਭਾਈ ਭਤੀਜੇ ਹੈ ਅਗਰ ਉਹਨਾਂ ਦਾ ਕੋਈ ਕਸ਼ਟ ਆਉਂਦਾ ਤਾਂ ਸਾਡਾ ਫਰਜ਼ ਬਣਦਾ ਅਸੀਂ ਉਸ ਕਸ਼ਟ ਦੇ ਵਿੱਚ ਸ਼ਾਮਿਲ ਹੋਈਏ ਅਤੇ ਇਸ ਤਰ੍ਹਾਂ ਤੁਸੀਂ ਦੇਖੋਗੇ ਸਾਡੇ ਨਾਲ ਇਹ 7-8 ਲੇਡੀ ਲੱਗੀਆਂ ਹੋਈਆਂ ਜਿਹੜੀਆਂ ਕਿ ਪਾਸੋਂ ਤੋਂ ਲੰਗਰ ਬਣਾ ਰਹੀਆਂ ਅਤੇ ਉਸ ਤੋਂ ਪਹਿਲਾਂ ਸਾਡੇ ਵਜ਼ੀਰ-ਏ-ਪਦੋਂ ਰਵਿੰਦਰ ਜੀ ਉਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਲੰਗਰ ਇੱਥੇ ਭੇਜਿਆ ਅਤੇ ਮੈਨੂੰ ਪਤਾ ਲੱਗਿਆ ਵੀ ਲੰਗਰ ਆਇਆ ਮੈਂ ਕਿਹਾ ਵੀ ਕੋਈ ਦਿੱਕਤ ਨਹੀਂ ਤੁਸੀਂ ਬਹੁਤ ਬੜਾ ਏਰੀਆ ਸਾਂਭਣਾ ਹੈ ਅਤੇ ਆਪਣਾ ਪਿੰਡ ਜੋ ਅਸੀਂ ਸਾਂਭੂਗੇ ਇਸ ਕਰਕੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉਹਨੂੰ ਅਸੀਂ ਘਰ ਘਰ ਜਾ ਕੇ ਲੰਗਰ ਪਹੁੰਚਾ ਇਲਾਕੇ ਦੇ ਸੱਜਣ ਵੀ ਮਦਦ ਕਰ ਰਹੇ ਨੇ ਪੂਰੀ ਮਦਦ ਕਰ ਰਹੇ ਜੀ ਸਮਾਜ ਸੇਵੀ ਬਹੁਤ ਸੇਵਾ ਜਿਹੜੀ ਲੋਕ ਕਰ ਰਹੇ ਹੈ ਜੀ ਪਹਿਲਾਂ ਤਾਂ ਮੇਰੇ ਕੋਲ ਮੈਸੇਜ ਆਇਆ ਮਾਨ ਸਾਹਿਬ ਦਾ ਆਪਣਾ ਯੋਧਾ ਮਾਨ ਜੀ ਅਨਮੋਲ ਗਗਨ ਮਾਨ ਸਾਹਿਬ ਅਤੇ ਫਾਦਰ ਸਾਹਿਬ ਤਾਂ ਉਹਨਾਂ ਨੇ ਕਿਹਾ ਜੀ ਪਿੰਡ ਵੀ ਦੇਖੋ ਕਿੰਨੇ ਕੁ ਨੁਕਸਾਨ ਹੋਇਆ ਵੀ ਜਿਹੜੀ ਜਿਹੜੀ ਜ਼ਰੂਰਤ ਹੈ ਜਿਹੜੀ ਚੀਜ਼ ਦੀ ਉਹ ਅਸੀਂ ਮੁਹੱਈਆ ਕਰਾਉਂਗੇ ਅਤੇ ਅੱਜ ਉਹਨਾਂ ਨੇ ਟੀਮ ਭੇਜੀ ਹੈ ਹਰੀਸ਼ ਰਾਣਾ ਜੀ ਸਾਡੇ ਕੁਰਾਲੀ ਦੇ ਚੇਅਰਮੈਨ ਸਾਹਿਬ ਅਤੇ ਉਹਨਾਂ ਨਾਲ ਹੋਰ ਕਾਫੀ ਬੰਦੇ ਜੇ ਸ਼ੁਭਮ ਜੀ ਚੰਦਪੁਰ ਤੋਂ ਆਏ ਅਤੇ ਮਾਣਕਪੁਰ ਤੋਂ ਆਏ ਕਾਫੀ ਪੂਰੀ ਟੀਮ ਮੈਡਮ ਨੇ ਇੱਥੇ ਭੇਜੀ ਅਤੇ ਸਾਡੀ ਜਿਹੜੀ ਟੀਮ ਹੈ ਉਹ ਵੀ ਨਾਲ ਰਲ ਕੇ ਉਹਨਾਂ ਨੇ ਪੂਰੇ ਪਿੰਡ ਦਾ ਮੁਆਇਨਾ ਕੀਤਾ ਅਤੇ ਉਹਨਾਂ ਦਾ ਜਿਹੜਾ ਲੋਕਾਂ ਦਾ ਹਾਲ ਹੈ ਸਾਰਾ ਤੁਸੀਂ ਕੈਮਰੇ 'ਚ ਕੈਦ ਵੀ ਕੀਤਾ ਅਤੇ ਸਾਨੂੰ ਉਮੀਦ ਹੈ ਛੇਤੀ ਤੋਂ ਛੇਤੀ ਇਹਨਾਂ ਮੌਜੂਦ ਨੇ ਮੈਡਮ ਅਨਮੋਲ ਗਗਨਮਾਨ ਜੀ ਨੇ ਕੋਈ ਗੱਲਬਾਤ ਹੋਈ ਇਸ ਸੰਬੰਧੀ ਜਿਕਣਾ ਹੁਣ ਪਾਣੀ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਪਿੰਡ ਦੇ ਵਿੱਚ ਨਿਕਾਸੀ ਲਈ ਕੋਈ ਗੱਲਬਾਤ ਹੋਈ ਹਾਂਜੀ ਸਾਡੀ ਕਾਫੀ ਦਿਨ ਪਹਿਲਾਂ ਗੱਲ ਹੋਈ ਤੀ ਅਤੇ ਉਹਨਾਂ ਮੈਂ ਜਾਣੂ ਕਰਾਇਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਸਾਰੀਆਂ ਸਮੱਸਿਆ ਦਾ ਹੱਲ ਕਰਾਂਗੇ ਵੀ ਹੱਲ ਹੋਊਗਾ ਕਿਸ ਤਰ੍ਹਾਂ ਸਾਨੂੰ ਤੁਸੀਂ ਦੱਸਣਾ ਹੈ ਤਾਂ ਅਸੀਂ ਉਹਨਾਂ ਨੂੰ ਦੱਸਿਆ ਹੈ ਅਤੇ ਲਿਖ ਕੇ ਵੀ ਦਿਆ ਅਤੇ ਉਹ ਕਹਿੰਦੇ ਬਹੁਤ ਜਲਦ ਅਸੀਂ ਇਹਦਾ ਅੱਗੇ ਵਾਸਤੇ ਵੀ ਜਿਹੜਾ ਹੱਲ ਕਰੋਗੇ ਵੀ ਸਾਨੂੰ ਪੂਰਾ ਵਿਸ਼ਵਾਸ ਸਾਨੂੰ ਉਮੀਦ ਹੈ ਵੀ ਸਾਡਾ ਇਹ ਹੱਲ ਹੋਏਗਾ ਅਤੇ ਪਿੰਡ ਨਿਵਾਸੀਆਂ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਬਿਲਕੁਲ ਜੀ ਪਿੰਡਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਜਿਹੜਾ ਕੋਈ ਜਿਸ ਗਰੀਬ ਦਾ ਘਰ ਤਿੜ ਗਿਆ ਜਾਂ ਪਾਣੀ ਭਰ ਗਿਆ ਸਮਾਨ ਖਰਾਬ ਸਾਨੂੰ ਮੈਂ ਨਗਨ ਵਾਸੀਆਂ ਨੂੰ ਬੇਨਤੀ ਕਰੂੰਗਾ ਲਾਕਰ ਵਾਸੀਆਂ ਨੂੰ ਬੇਨਤੀ ਕਰੂੰਗਾ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਲੋਕਾਂ ਦੀ ਹੈਲਪ ਕਰੀਏ ਬਿਨਾਂ ਕਿਸ਼ਤੀ ਲੱਗ ਲਗਾ ਤੋਂ ਆਪਾਂ ਸਭ ਦਾ ਫਰਜ਼ ਬਣਦਾ ਜੇ ਅੱਜ ਸਾਡੇ ਕੋਲ 4 ਰੋਟੀਆਂ ਪਈਆਂ ਹੈ ਤਾਂ ਅਸੀਂ 2 ਰੋਟੀਆਂ ਕਿਸੇ ਹੋਰ ਨੂੰ ਦੇ ਦਈਏ ਤਾਂ ਮੈਂ ਸਭ ਨੂੰ ਬੇਨਤੀ ਕਰੂੰਗਾ ਆਪਾਂ ਸਭ ਨੂੰ ਹੈ ਜੋ ਰਲ ਮਿਲ ਕੇ ਮਦਦ ਕਰਨੀ ਚਾਹੀਦੀ ਠੀਕ ਹੈ ਜੀ ਧੰਨਵਾਦ ਬਹੁਤ ਸ਼ੁਕਰੀਆ ਸੋ ਇਹ ਸਨ ਪਿੰਡ ਮਾਜਰੀ ਦੇ ਸਰਪੰਚ ਸਾਹਿਬ ਜਿਨ੍ਹਾਂ ਦਾ ਕਹਿਣਾ ਵੀ ਰਲ ਮਿਲ ਕੇ ਸਾਡੀ ਪੰਚਾਇਤ ਵੱਲੋਂ ਜਾਂ ਮੈਡਮ ਅਨਮੋਲ ਗਗਨਮਾਨ ਜੋ ਹਲਕਾ ਖਰੜ ਦੇ MLA ਨੇ ਉਹਨਾਂ ਵੱਲੋਂ ਟੀਮ ਭੇਜੀ ਗਈ ਸੀਗੀ ਪੂਰਾ ਨੁਮਾਇਨਾ ਕੀਤਾ ਉਹਨਾਂ ਨੇ ਗਰਾਊਂਡ ਲੈਵਲ 'ਤੇ ਜਾ ਕੇ ਘਰ ਦੇਖੇ ਨੇ ਗਰਾਊਂਡ ਲੈਵਲ 'ਤੇ ਵੀ ਕਿ ਹਕੀਕਤ ਕੀ ਆ ਹਾਲਾਤ ਕਿਵੇਂ ਦੇ ਨੇ ਮਤਲਬ ਕਿ ਪਾਣੀ 3 ਦਿਨਾਂ ਤੋਂ ਬਰਸਾਤੀ ਪਾਣੀ ਬਹੁਤ ਖੇਤਾਂ 'ਚੋਂ ਆਣ ਕੇ ਘਰਾਂ ਦੇ ਵਿੱਚ ਵੜ ਗਿਆ ਸੀਗਾ ਇਹਨਾਂ ਦਾ ਦੱਸਣਾ ਥੋੜ੍ਹਾ ਜਿਹਾ ਇਲਾਕਾ ਸਾਡੇ ਪਿੰਡ ਦਾ ਨੀਵਾਂ ਉਹਦੇ ਹੋਣ ਕਰਕੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਪਾਣੀ ਬਹੁਤ ਜ਼ਿਆਦਾ ਉਹਨਾਂ ਦੇ ਘਰਾਂ ਦੇ ਵਿੱਚ ਵੜ ਗਿਆ ਸੀਗਾ ਸਾਰੀ ਡਿਟੇਲ ਉਹਨਾਂ ਨੂੰ ਟੀਮ ਨੂੰ ਲਿਖਾ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਜੋ ਬਣਦਾ ਮੁਆਵਜ਼ਾ ਉਹ ਦੇ ਦਿੱਤਾ ਜਾਵੇਗਾ ਧੰਨਵਾਦ ਜੀ